ਸੁਖਬੀਰ ਨੂੰ ਮੇਰੀ ਯਾਦ ਸਤਾਉਂਦੀ ਹੈ। ਮਨਪ੍ਰੀਤ ਬਾਦਲ। ਪੰਜਾਬ ਸਰਕਾਰ ਬਠਿੰਡਾ ਵਿਖੇ ਏਮਜ਼ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਹਰ ਸੰਭਵ ਸਹਿਯੋਗ ਕਰ ਰਹੀ ਹੈ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਸਰਕਾਰ ਉੱਪਰ ਜੋ ਅੜਿੱਕਾ ਪਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਖੇ ਕੌਂਸਲਰ ਕਮਲੇਸ਼ ਰਾਣੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਅਕਾਲੀ ਦਲ ਵੱਲੋਂ ਉਹਨਾਂ ਨੂੰ ਬਠਿੰਡਾ ਤੋਂ ਚੋਣ ਲੜਨ ਦਾ ਚੈਲੰਜ ਕਰਨ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਖੁਦ ਅਜੇ ਬਠਿੰਡਾ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਆਪਣੇ ਨਾਂ ਪਿੱਛੋਂ ਬਾਦਲ ਸ਼ਬਦ ਹਟਾਉਣ ਸੰਬੰਧੀ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਉਹਨਾਂ ਦੀ ਯਾਦ ਸਤਾਉਂਦੀ ਹੈ, ਜਦਕਿ ਉਹਨਾਂ ਨੇ ਆਪਣੇ ਪਿੰਡ ਦਾ ਨਾਂ ਬਾਦਲ ਹੋਣ ਕਰਕੇ ਆਪਣੇ ਨਾਂ ਦੇ ਪਿੱਛੇ ਬਾਦਲ ਲਿਖਵਾਇਆ ਹੈ। ਨੰਬਰ ਵਾਰਡ 'ਚ ਮੇਰੀ ਛੋਟੀ ਭੈਣ ਹੈ ਕਮਲੇਸ਼ ਰਾਣੀ, ਔਰ ਇਹ ਉਹਨਾਂ ਦੇ ਹਸਬੈਂਡ ਨੇ ਰਾਜ ਮਹਿਰਾ ਜੀ। ਬੜੀ ਪੁਰਾਣਾ ਕਾਂਗਰਸ ਪਾਰਟੀ ਦਾ ਪਰਿਵਾਰ ਸੀਗਾ, ਕਾਂਗਰਸ ਪਾਰਟੀ ਨਾਲ ਹੀ ਮੁਨਸਲਿਕ ਸੀ, ਕਾਂਗਰਸ ਪਾਰਟੀ 'ਚ ਹੀ ਕੰਮ ਕਰਦੇ ਸੀ। ਆਜ਼ਾਦ ਹੈਸੀਅਤ ਦੇ ਵਿੱਚ ਇਹਨਾਂ ਨੇ ਚੋਣ ਲੜੀ ਸੀ ਮਿਊਨਸੀਪਲ ਕਮੇਟੀ ਦੀ। ਅੱਜ ਇਹ ਵਾਪਸ ਕਾਂਗਰਸ ਪਾਰਟੀ 'ਚ ਦਾਖਿਲ ਜਾਂ ਸ਼ਮੂਲੀਅਤ ਕਰ ਚੁੱਕੇ ਹੈ। ਸੋ ਮੈਂ ਅੱਜ ਪ੍ਰੈਸ ਕਾਨਫਰੰਸ ਔਰ ਤੁਹਾਡੀਆਂ ਕੈਮਰੇ ਦੀਆਂ ਅੱਖਾਂ ਦੇ ਜ਼ਰੀਏ ਇਹਨਾਂ ਨੂੰ ਜਿੱਥੇ ਪਾਰਟੀ 'ਚ ਵਾਪਸ ਆਉਣ 'ਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ, ਉੱਥੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਦਿਨੋ ਦਿਨ ਬਠਿੰਡੇ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਸੋਚ ਨੂੰ ਲੈ ਕੇ ਚੱਲੀ ਹੈ, ਔਰ ਉਹ ਸੋਚ ਇਹ ਹੈ ਕਿ ਅਸੀਂ ਇਸ ਮੁਲਕ ਨੂੰ ਜ਼ਾਤ, ਬਿਰਾਦਰੀ, ਧਰਮ, ਨਸਲ, ਰੰਗ, ਮਜ਼ਹਬ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਲਾਤਰ ਹੋ ਕੇ ਅਸੀਂ ਮੁਲਕ ਨੂੰ ਸਾਰਿਆਂ ਨੂੰ ਜੋੜ ਕੇ, ਇਕੱਠੇ ਹੋ ਕੇ ਅਸੀਂ ਮੁਸ਼ਤਰਕ ਹੋ ਕੇ ਮੁਲਕ ਨੂੰ ਅੱਗੇ ਲੈ ਕੇ ਜਾਈਏ। ਔਰ ਜਿਹੜੀ BJP ਦੀ ਸੋਚ ਹੈ, ਜਿਹੜੀ ਕਿ ਲੋਕਾਂ ਦੇ ਵਿੱਚ ਧਰਮ ਅਤੇ ਜ਼ਾਤ ਬਰਾਦਰੀ ਦਾ ਤਾਸੁਬ ਪੈਦਾ ਕਰਦੀ ਹੈ, ਇਹਦੇ ਤੋਂ ਉਮੀਦਵਾਰ ਜਿਹੜਾ ਹੈ, ਇਹਦਾ ਫੈਸਲਾ ਜਿਹੜੀ ਕਾਂਗਰਸ ਦੀ ਇਲੈਕਸ਼ਨ ਕਮੇਟੀ ਹੈ, CEC ਹੈ, ਦਿੱਲੀ ਬੈਠਦੀ ਹੈ। ਕੱਲ੍ਹ ਉਹਨਾਂ ਨੇ, ਕਿਉਂਕਿ ਪੰਜਾਬ 'ਚ ਬਾਕੀ ਸੀਟਾਂ ਦੀ ਤਾਂ ਜਿਹੜੇ ਨਾਂ ਸੀ ਉਹ ਨਸ਼ਰ ਹੋ ਗਏ ਸੀਗੇ, ਉਹ ਬਕਾਇਆ 4 ਰਹਿ ਗਏ ਸੀ, 4 'ਚੋਂ ਵੀ 2 ਤਾਂ ਜਿਹੜੇ ਆ ਫਾਈਨਲ ਹੋ ਗਏ। ਹੁਣ ਬਠਿੰਡੇ ਅਤੇ ਫਿਰੋਜ਼ਪੁਰ ਦਾ ਅਜੇ ਜਿਹੜੀ ਹੈ ਮੁਸ਼ਾਵਰਤ ਚੱਲ ਰਹੀ ਹੈ, ਕਿਉਂਕਿ ਚਾਹੁੰਦੇ ਹਾਂ ਕਿ ਬਿਹਤਰ ਤੋਂ ਬਿਹਤਰੀਨ ਕੈਂਡੀਡੇਟ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ। ਔਰ ਜੋ ਅਕਾਲੀ ਦਲ ਦਾ ਇਸ ਬਠਿੰਡੇ ਜ਼ਿਲ੍ਹੇ 'ਤੇ ਪਿਛਲੇ 10 ਸਾਲ ਦਾ ਇੱਕ ਕਿਸਮ ਦਾ ਗਲਬਾ ਹੈ, ਲੋਕ ਉਹਨਾਂ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਚੁੱਕੇ ਹੈ। ਪਤਾ ਨਹੀਂ ਤੁਹਾਡੇ ਸੁਣਨ ਵਾਲੇ ਇਸ ਗੱਲ ਨੂੰ ਅਪਰੀਸ਼ੀਏਟ ਕਰਨਗੇ ਕਿ ਨਹੀਂ, ਕਿ 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਬਾਦਲ ਸਾਹਿਬ ਪੰਜਾਬ ਦੇ CM ਸੀਗੇ, ਬਾਦਲ ਸਾਹਿਬ ਦਾ ਬੇਟਾ ਜਿਹੜਾ ਸੀ ਉਹ ਡਿਪਟੀ CM ਸੀਗਾ, ਉਹਨਾਂ ਦੀ ਬੇਟੇ ਦੀ ਜਿਹੜੀ ਘਰ ਵਾਲੀ ਸੀ, ਜਿਹੜੀ ਸਾਡੇ ਮੌਜੂਦਾ MP ਨੇ ਇੱਥੋਂ, ਉਹ ਯੂਨੀਅਨ ਕੈਬਨਿਟ ਮਿਨਿਸਟਰ ਸੀਗੇ। ਉਹ ਬੇਟੇ ਦਾ ਜਿਹੜਾ ਸਾਲਾ ਸੀਗਾ ਉਹ ਵੀ ਪੰਜਾਬ ਦੀ ਕਾਬੀਨਾ ਦਾ ਔਰ ਬੜਾ ਮਸ਼ਹੂਰ ਹਿੱਸਾ ਸੀਗਾ, ਉਹ ਵੀ ਕੈਬਨਿਟ ਮਿਨਿਸਟਰ ਸੀ। ਇਹਨਾਂ ਦਾ ਜਿਹੜਾ ਜਵਾਈ ਸੀ ਕੈਰੋ ਸਾਹਿਬ, ਉਹ ਵੀ ਕੈਬਨਿਟ ਦਾ ਮਿਨਿਸਟਰ ਸੀ। ਇਸ ਤੋਂ ਜ਼ਿਆਦਾ ਮਤਲਬ ਕਹਿਣ ਦਾ ਮਤਲਬ ਵੀ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਬਾਲਗ ਹੈ, ਬਾਲਗ ਦਾ ਮਤਲਬ ਹੁੰਦਾ ਜਿਹੜਾ 18 ਸਾਲ ਦੀ ਉਮਰ ਤੋਂ ਵੱਡਾ ਹੈ, ਉਹ ਮਿਨਿਸਟਰ ਸੀ ਕੈਬਨਿਟ ਦਾ। ਔਰ ਬਾਵਜੂਦ ਇਸਦੇ
ਬਠਿੰਡੇ ਦੇ ਮਸਲੇ ਜਿਹੜੇ ਆ ਜਿਉਂਦੇ ਤਿਉਂ ਪਏ ਆ, ਮਸਲੇ ਲਮਕਦੇ ਆ ਰਹੇ ਆ, ਔਰ ਜੇ 10 ਸਾਲਾਂ 'ਚ ਨਹੀਂ ਕਰ ਸਕੇ ਔਰ ਇੰਨੀਆਂ ਪੁਜ਼ੀਸ਼ਨਾਂ ਤੋਂ ਬਾਅਦ ਨਹੀਂ ਕਰ ਸਕੇ, CM, ਡਿਪਟੀ CM, ਯੂਨੀਅਨ ਕੈਬਨਿਟ, ਇੱਦੂ ਉੱਤੇ ਤਾਂ ਰੱਬ ਹੁੰਦਾ ਔਰ ਰੱਬ ਲੋਕ ਬਣਾ ਨਹੀਂ ਸਕਦੇ, ਇਹ ਤਾਂ CM ਅਤੇ ਕੈਬਨਿਟ ਮਤਲਬ ਯੂਨੀਅਨ ਕੈਬਨਿਟ ਮਿਨਿਸਟਰ ਹੀ ਬਣਾ ਸਕਦੇ ਆ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਕੁਛ ਨਹੀਂ ਹੋਇਆ ਤਾਂ ਫਿਰ ਅਗਲੇ 5 ਸਾਲ ਤਾਂ ਮੈਨੂੰ ਲੱਗਦਾ ਸ਼ਾਇਦ ਬਠਿੰਡੇ ਦੇ ਲੋਕ ਸਾਦੇ ਜ਼ਰੂਰ ਹੈ ਪਰ ਇੰਨੇ ਵੀ ਸਾਦੇ ਨਹੀਂ ਹੈ ਕਿ ਇਹਨਾਂ ਦੀਆਂ ਗੱਲਾਂ ਦੇ ਝਾਸੇ 'ਚ ਆ ਜਾਣ। ਇਹ ਦਸਲ ਜਿਹੜਾ ਏਮਸ ਦਾ ਵਾਰੀ ਵਾਰੀ ਜਿਹੜਾ ਛੇੜ ਲੈਣਾ, ਇਹ ਮਕਸਦ ਇਹ ਨਹੀਂ ਸੀ ਕਿ ਕੋਈ ਅੜਿੱਕਾ ਪਾਇਆ, ਹਰਸਿਮਰਤ ਤਾਂ ਸਿਰਫ ਇਸ ਗੱਲ ਨੂੰ ਇੱਕ ਕਿਸਮ ਦਾ ਇਹ ਹਰ ਵੇਲੇ ਪ੍ਰੈਸ ਦੇ ਵਿੱਚ ਉਛਾਲਣਾ ਚਾਹੁੰਦੀ ਹੈ ਕਿ ਜਿਹੜਾ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਬਠਿੰਡਾ ਬਣ ਰਿਹਾ, ਇਹ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ, ਪੰਜਾਬ ਇਹ 100% ਉਹਨਾਂ ਦੀ ਫੰਡਿਡ ਸਕੀਮ ਹੈ ਔਰ ਹਰਸਿਮਰਤ ਸੋਚ ਰਹੀ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਹੈ ਉਹ ਮੈਨੂੰ ਦਿੱਤਾ ਜਾਵੇ, ਇਹ ਕਿਤੇ ਸਟੇਟ ਗੌਰਮੈਂਟ ਨਾ ਲੈ ਜੇ। ਹਾਲਾਂਕਿ ਮੈਂ ਤੁਹਾਨੂੰ ਯਾਦ ਕਰਾਉਂਦਾ ਜਾਵਾਂ ਕਿ ਹਰਸਿਮਰਤ ਦਾ ਤਾਂ ਇਹਦੇ ਆਪਦੇ ਉਹਨਾਂ ਦੀ ਆਪਦੀ ਜਾਇਦਾਦ ਤੋਂ ਆਪਦੀ ਕਮਾਈ 'ਚੋਂ ਤਾਂ 5 ਪੈਸੇ ਵੀ ਨਹੀਂ ਲੱਗਿਆ ਔਰ ਅਸੀਂ ਉਹਦੇ 'ਚ ਅੜਿੱਕਾ ਕਿਉਂ ਪਾਵਾਂਗੇ? ਬਠਿੰਡੇ ਸ਼ਹਿਰ ਦੇ ਵਿੱਚ ਕੋਈ ਚੀਜ਼ ਆਈ ਹੈ ਉਹਨੂੰ ਸਟੇਟ ਸਰਕਾਰ ਕਿਉਂ ਹਿੱਸਾ ਪਾ? ਸੋ ਇਹਨਾਂ ਦਾ ਮਕਸਦ ਤਾਂ ਸਿਰਫ ਇਹੀ ਹੈ ਕਿ ਇਲੈਕਸ਼ਨ ਤੱਕ ਇਸ ਨੂੰ ਅਸੀਂ ਇਸ ਮੁੱਦੇ ਨੂੰ ਗਰਮ ਰੱਖਣਾ। ਦੇਖੀਏ ਇਹ ਚੀਜ਼ਾਂ ਬੇਮਾਇਨੇ ਹੁੰਦੀਆਂ, ਚੁਣੌਤੀ ਦੇਣ ਵਾਲਾ ਪਹਿਲਾਂ ਆਪਦੇ ਤਾਂ ਕਰੇ ਨਾ ਜੀ ਕਾਗਜ਼ ਦਾਖਲ ਕਿ ਮੈਂ ਕਰਤੇ ਅਤੇ ਹੁਣ ਮੈਂ ਚੁਣੌਤੀ ਦੇ ਰਿਹਾ। ਜਿਨ੍ਹਾਂ ਦਾ ਘਰ ਵਾਲਾ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਉਹ ਚੁਣੌਤੀ ਦੇ ਰਿਹਾ, ਆਪਦੀ ਸੀਟ ਤਾਂ ਉਹਨਾਂ ਨੇ ਐਲਾਨ ਨਹੀਂ ਕੀਤਾ, ਉਹ ਕਿਹਦੇ ਨਾਲ ਮਸ਼ਵਰਾ ਕਰ ਰਿਹਾ ਹੈ? ਇੰਨੀ ਦੇਰ ਹਰਸਿਮਰਤ ਨੂੰ ਕਿਉਂ ਲੱਗ ਰਹੀ ਹੈ? ਚੁਣੌਤੀ ਤਾਂ ਬੰਦਾ ਉਹ ਦਿੰਦਾ ਜਿਹੜਾ ਖੁਦ ਮੈਦਾਨ 'ਚ ਖੜਾ ਹੋਵੇ, ਜਿਹੜਾ ਖੁਦ ਮੈਦਾਨ 'ਚ ਨਹੀਂ ਖੜਾ ਉਹ ਕਿਸੇ ਨੂੰ ਚੁਣੌਤੀ ਦੇਣਾ? ਸੋ ਇਹ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਨੂੰ ਮੇਰੀ ਯਾਦ ਜਿਹੜੀ ਹੈ ਸਤਾਉਂਦੀ ਹੈ, ਵਰਨਾ ਬਾਦਲ ਨਾਮ 'ਤੇ ਸੁਖਬੀਰ ਬਾਦਲ ਦਾ ਕੀ ਅਧਿਕਾਰ ਹੈ? ਇੱਕ ਪਿੰਡ ਹੈ, ਉਸ ਪਿੰਡ ਦਾ ਨਾਂ ਬਾਦਲ ਹੈ, ਮੈਂ ਉਸ ਪਿੰਡ ਦਾ ਹਿੱਸੇਦਾਰ ਹੈ, ਉਸ ਪਿੰਡ ਦਾ ਮੈਂ ਵਿਸਵੇਦਾਰ ਹੈ, ਮੈਂ ਉੱਥੇ ਮੇਰੀ ਮਲਕੀਅਤ ਹੈ, ਇਹ ਨਾਂ ਉਹਨਾਂ ਦਾ ਕਿਵੇਂ ਬਣ ਗਿਆ? ਉੱਥੇ ਢਿੱਲੋਂ ਖਾਨਦਾਨ ਰਹਿੰਦਾ ਔਰ ਸਾਡਾ ਪਿੰਡ ਹੈ ਤਾਂ ਇਹਦਾ ਮਤਲਬ ਇਹ ਉਹ ਸੁਖਬੀਰ ਦਾ ਪਿੰਡ ਹੋ ਗਿਆ, ਉੱਥੇ ਤਾਂ 5,000 ਬੰਦਾ ਹੋਰ ਰਹਿੰਦਾ, ਪਰ ਮੇਰੀ ਯਾਦ ਜਿਹੜੀ ਹੈ ਹਮੇਸ਼ਾ ਉਹਨਾਂ ਨੂੰ ਸਤਾ।